ਇਸ ਵਾਰ ਸਾਵਣ ਦੇ 2 ਮਹੀਨੇ ਹੋਣਗੇ ਜੋ ਕਿ 4 ਜੁਲਾਈ ਤੋਂ ਸ਼ੁਰੂ ਹੋ ਕੇ 31 ਅਗਸਤ ਤੱਕ ਸਾਵਣ ਹੀ ਰਹਿਣਗੇ ਮੰਨਿਆ ਜਾ ਰਿਹਾ ਹੈ ਕਿ ਸਾਵਣ ਮਹੀਨੇ ਦੇ ਵਿੱਚ ਲਗਭਗ 8 ਸਾਵਣ ਸੋਮਵਾਰ ਹੋਣਗੇ ਉਥੇ ਹੀ ਅਸਾੜਾ ਸ਼ੁਕਲ ਪੱਖ ਦੀ ਇਕਾदशी 29 ਜੂਨ ਨੂੰ ਹੈ ਦੇਵਸ਼ਰਣੀ ਇਕਾदशी ਤੋਂ ਚਤੁਰਮਾਸ ਸ਼ੁਰੂ ਹੁੰਦਾ ਹੈ ਇਸ ਵਾਰ ਚਤੁਰਮਾਸ ਦੇ ਵਿੱਚ ਦੋ ਸਾਵਣ ਵਿੱਚ ਅਧਿਕਾਮਾਂ ਦੀ ਉਤਪਤੀ ਦਾ سلسلہ ਹੈ 19 ਸਾਲਾਂ ਬਾਅਦ ਸ਼ੁੱਧ ਸ਼ਰਵਣ ਅਤੇ ਅਤਿ ਕਾਮਾ ਦਾ ਸੁਮੇਲ ਬਣ ਰਿਹਾ ਹੈ ਇਸ ਦੇ ਨਾਲ ਹੀ 5 ਮਹੀਨੇ ਧਰਮ ਅਧਿਆਤਮਿਕਤਾ ਸੰਸਕ੍ਰਿਤੀ ਅਤੇ ਤੀਰਥ ਯਾਤਰਾ ਲਈ ਉੱਤਮ ਮੰਨੇ ਜਾਣਗੇ ਆਸਥਾ ਦੇ ਨਾਲ ਜੁੜੀਆਂ ਅਜਿਹੀਆਂ ਹੋਰ ਜਾਣਕਾਰੀਆਂ ਹਾਸਲ ਕਰਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਵੀ ਦਬਾਓ ਤਾਂ ਜੋ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ